ਸਾਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਸੇਖ ਨੌਜਵਾਨ ਨੇ ਦਸਤਾਰ ਨਾ ਬਚਾਈ ਡੁੱਬਦੇ ਦੀ ਜਾਨ ਪੁਰਸਕਾਰ ਦੇਵੇਗੀ ਕੈਨੇਡਾ ਸਰਕਾਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਕੈਨੇਡਾ ਪੁਲਿਸ ਦੁਆਰਾ ਸੇਖ ਨੌਜਵਾਨ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸਨਮਾਨਿਤ ਕਰਨ ਦਾ ਕਾਰਨ ਇਹਨਾਂ ਦੀ ਬਹਾਦਰੀ ਦੱਸਿਆ ਜਾ ਰਿਹਾ ਹੈ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡੁੱਬਣ ਲੇ ਇੱਕ ਨੌਜਵਾਨ ਦੀ ਜਾਨ ਬਚਾਈ ਹਾਲਾਂਕਿ ਇਹ ਨੌਜਵਾਨ ਉਸ ਨੌਜਵਾਨ ਨੂੰ ਜਾਣਦੇ ਤੱਕ ਨਹੀਂ ਸੀ ਇਨਸਾਨੀਅਤ ਦੇ ਨਾਤੇ ਹੀ ਇਹਨਾਂ ਨੇ ਇਹ ਸਭ ਕੁਝ ਕੀਤਾ ਜਿਸ ਕਰਕੇ ਕੈਨੇਡਾ ਪੁਲਿਸ ਨੇ ਇਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ਕਾਰਨਾ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ 에ਅਰ ਪ੍ਰਿਵੀਸ਼ੀਅਲ ਸਪਾਰਕ ਨੇੜੇ ਵਗਦੇ ਦਰਿਆ ਦੀ ਦਿਸਤੀ ਜਾ ਰਹੀ ਹੈ ਜਿੱਥੇ ਪਹਾੜੀ ਦੀ ਟਲਾਂ ਤੇ ਖੜਾ ਇੱਕ ਨੌਜਵਾਨ ਚੀਕ ਰਿਹਾ ਸੀ ਉਸ ਦੇ ਅੱਗੇ ਦਰਿਆ ਸੀ ਅਤੇ ਉਹ ਕਿਸੇ ਸਮੇਂ ਵੀ ਦਰਿਆ ਵਿੱਚ ਦੇਖ ਸਕਦਾ ਸੀ ਉਸ ਲਈ ਪਿੱਛੇ ਮੁੜਨਾ ਸੌਖਾ ਨਹੀਂ ਸੀ ਜਿਸ ਕਾਰਨ ਉਹ ਮਦਦ ਦੀ ਪੁਕਾਰ ਰਿਹਾ ਸੀ ਇਹਨਾਂ ਸਿੱਖ ਨੌਜਵਾਨਾਂ ਨੇ ਉਸ ਦੀ ਆ ਚੀਕਾਂ ਸੁਣ ਤੁਰੰਤ ਮਦਦ ਲਈ ਪਹੁੰਚ ਗਏ ਜੰਗਲੀ ਇਲਾਕਾ ਹੋਣ ਕਾਰਨ ਵਾਇਲ ਵੀ ਕੰਮ ਨਹੀਂ ਕਰ ਰਿਹਾ ਸੀ ਇਸ ਲਈ ਬਾਹਰੋਂ ਕਿਸੇ ਦੀ ਮਦਦ ਦੀ ਉਮੀਦ ਨਹੀਂ ਸੀ ਇਹਨਾਂ ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰ ਕੇ ਆਪਸ ਵਿੱਚ ਜੋੜ ਲਈਆਂ ਤੇ 33 ਫੁੱਟ ਦੂਰ ਖੜੇ ਉਸ ਨੌਜਵਾਨ ਤੱਕ ਪੱਗ ਦਾ ਸਿਰਾ ਪਹੁੰਚਾਇਆ ਇਸ ਤਰ੍ਹਾਂ ਇਹਨਾਂ ਨੌਜਵਾਨਾਂ ਦੀ ਦਲੇਰੀ ਦੇ ਕਾਰਨ ਉਸ ਨੌਜਵਾਨ ਦੀ ਜਾਨ ਬਚ ਗਈ ਅਤੇ ਹਰ ਇੱਕ ਇਹਨਾਂ ਨੌਜਵਾਨਾਂ ਦੀ ਪ੍ਰਸ਼ੰਸਾ ਕਰ ਰਹੀ ਹੈ ਪ੍ਰਾਊਡ ਟੂ ਬੀ ਅ ਸਿੱਖ ਤੇ ਖਬਰ ਨੂੰ ਲਾਜ਼ਰ ਦੇਖਣ ਲਈ ਤੁਹਾਡਾ ਬਹੁਤ